सत श्री अकाल, मैं हां तुहाडा लखविंदर सिंह जी। आप जी मेरे चैनल ते नवे आयो, मेरे चैनल नूं सबसक्राइब कर दो, बेल आइकन दा बटन दबा दो ता जो वीडियो दी आउण वाली नवीं तो नवीं नोटिफिकेशन आप जी तक पहुंच सके। सो अज जिहड़ी असीं वीडियो लैके आए हां, ओह वीडियो लैके आए हां राजवीर जोंधा जी दा सोंग जिंदाबाद, जिहड़ा पूरा गाणा है जिंदाबाद है किसानी जिंदाबाद रहेगी। ते अज ओह दिन वी है 26 मई, अज दे दिन तक उस किसानां वीरां नूं धरने ते बैठे होयां नूं 6 महीने हो चले ने, पर वह गंदियां सरकारां नूं कोई अजे तक भी सुरत नहीं, कोई अजे तक समझ नहीं, अजे दरिंदियां नूं उन्हां नूं कोई तरस नहीं आया। उन्हां नूं वह किसान वीरां ते वह मावां ते वह भैणां ते जिहड़ियां धरने दे विच शामिल होकर प्रोटेस्ट नूं कायम रख रहियां ने, पर अजे भी साडियां सरकारां नूं कुछ भी दिखिया नहीं। सो अज इस संबंध दे विच असीं एक वीडियो बनाउण जा रहे हां, नाल दी नाल असीं किसानां दे सपोर्ट दे विच गल करांगे। आओ नाल दी नाल वीडियो देखदे हां, नाल दी नाल उस वीडियो ते रिएक्शन देने हां। आओ वीडियो नूं देखना करिए। ਸਾਡੇ ਅੰਦਰ ਆਗੂ ਨਾ ਭੁੱਖ ਹੜਤਾਲ ਤੇ ਬੈਠੇ, ਇੱਥੇ ਵੀ ਬੈਠੇ ਹੋਣੇ ਆ। ਤੁਸੀਂ ਸਾਰਿਆਂ ਨੇ ਪ੍ਰਸ਼ਾਦਾ ਛਕਿਆ, ਮੈਂ ਵੀ ਹੁਣੇ ਚਾਹ ਪੀਕਿਆ ਤੇ ਤੁਹਾਡੇ ਚ ਐਨਰਜੀ ਬਹੁਤ ਹੈ, ਇਹ ਐਨਰਜੀ ਨਾਲ ਜਗਰਾ ਲੱਗਣਾ ਚਾਹੀਦਾ। ਦੇਸੀ ਵੈਲੀ ਉਹ ਜਿਹੜੀ ਪੀੜ੍ਹੀ ਨੂੰ ਦੇਖੀ, ਉਸ ਪੀੜ੍ਹੀ ਨੇ ਰਿਕਾਰਡ ਤੋੜਦੇ ਭਾਗਾਂ ਵਾਲੇ ਭਰਦੇ ਆ ਕੇ ਹਾਜ਼ਰੀ ਲੱਗੇ ਆ ਕਿਸਾਨੀ ਦੇ ਨੀ ਦੇਖ ਮੋਰਚੇ ਯੂਕੇ ਅਮਰੀਕਾ ਇਟਲੀ ਕਨੇਡਾ ਤੋਂ, ਇਟਲੀ ਕਨੇਡਾ ਤੋਂ ਲੈ ਕੇ ਕੌਮੀ ਆਉਂਦੀ ਨੀ ਜਹਾਂ ਗਾਣੇ ਦਾ ਪਹਿਲਾ ਪੈਰਾ, ਜਿਸ ਦੇ ਵਿੱਚ ਰਾਜੀਵ ਜਵੰਦਾ ਜੀ ਨੇ ਬਹੁਤ ਵਧੀਆ ਗੱਲ ਕੀਤੀ ਹੈ। ਦੱਸਦੇ ਸੀ ਵੈਲੀ ਉਹ ਜਿਹੜੀ ਪੀੜ੍ਹੀ ਨੂੰ ਦੇਖ, ਅੱਜ ਉਸੇ ਪੀੜ੍ਹੀ ਨੇ ਰਿਕਾਰਡ ਤੋੜਤੇ, ਅੱਜ ਉਸੇ ਪੀੜ੍ਹੀ ਨੇ ਅੱਜ ਰਿਕਾਰਡ ਤੋੜਤੇ ਨੇ। ਅੱਜ ਤੁਹਾਨੂੰ ਠੋਕਵਾਂ ਜਵਾਬ ਹੈ ਸਰਕਾਰੇ ਕਿ ਅੱਜ ਉਹ 6 ਮਹੀਨੇ ਹੋ ਗਏ ਨੇ ਉਹਨਾਂ ਕਿਸਾਨ ਵੀਰਾਂ ਨੂੰ ਬੈਠਿਆਂ ਨੂੰ। ਅਤੇ ਯਾਦ ਰੱਖੋ ਉਹਨਾਂ ਕਿ 6 ਮਹੀਨਿਆਂ ਦੇ ਅੰਦਰ ਅੰਦਰ ਕੀ ਗੱਲ, ਉੱਥੇ ਮੀਂਹ ਨਹੀਂ ਆਇਆ ਸੀ, ਉੱਥੇ ਅੱਤ ਦੀ ਗਰਮੀ ਨਹੀਂ ਲੱਗੀ ਹੋਵੇਗੀ ਕਿ ਉੱਥੇ ਅੱਤ ਦੀ ਸਰਦੀ ਨਹੀਂ ਆਈ ਸੀ। ਆ ਪਿੱਛੇ ਜੇ ਇੰਨਾ ਨਹੇਰ ਆਇਆ ਸੀ, ਇੰਨਾ ਬਾਰਿਸ਼ ਆਈ ਸੀ, ਇੰਨਾ ਠੰਡ ਕੋਰਾ ਪੈਂਦਾ ਸੀ ਜਦੋਂ ਸਿਆਲ ਦੇ ਵਿੱਚ, ਅਤੇ ਉਹ ਕਿਸਾਨ ਵੀਰ ਉਦੋਂ ਵੀ ਪ੍ਰੋਟੈਸਟ ਦੇ ਵਿੱਚ ਕਾਇਮ ਰਹੇ ਸੀ। ਇਹ ਉਸ ਕੌਮ ਦੇ ਵਾਰਸ ਨੇ ਜਿਹੜੇ ਤੱਤੀ ਤਵੀ 'ਤੇ ਵੀ ਬਹਿ ਜਾਂਦੇ ਸੀ, ਜਿਹੜੇ ਠੰਡੇ ਬੁਰਜ ਦੇ ਵਿੱਚ ਵੀ ਖੜ੍ਹ ਜਾਂਦੇ ਸੀ। ਉਹਨਾਂ ਦੀਆਂ ਗੁੜਤੀਆਂ ਦਿੱਤੀਆਂ ਹੋਈਆਂ ਨੇ ਇਸ ਕੌਮ ਨੂੰ। ਤੂੰ ਮਾਤਾ ਕਿਤੇ ਇਹ ਆਪਣੇ ਦਿਲ 'ਚ ਖਿਆਲ ਰੱਖ ਲਈ ਕਿ ਇਹ ਕੌਮ ਪਿੱਛੇ ਮੁੜ ਜਾਵੇਗੀ, ਇਹ ਅੱਗੇ ਵਧੇਗੀ, ਪਿੱਛੇ ਮੁੜਨ ਵਾਲੀ ਇਹ ਕੌਮ ਨਹੀਂ ਹੈ। ਜਿੰਦਾਬਾਦ ਹੈ ਕਿਸਾਨੀ ਅਤੇ ਜਿੰਦਾਬਾਦ ਰਹੇਗੀ, ਅਤੇ ਜਿੰਦਾਬਾਦ ਕਿਸਾਨੀ ਸੀ ਅਤੇ ਜਿੰਦਾਬਾਦ ਹੀ ਰਹੇਗੀ ਉਹ ਕਿਸਾਨ ਜਿਹੜਾ ਸਾਡਾ ਢਿੱਡ ਭਰਦਾ ਹੈ। ਭਾਗਾਂ ਵਾਲੇ ਭਰਦੇ ਨੇ ਆ ਕੇ ਹਾਜ਼ਰੀ, ਕਿ ਭਾਗਾਂ ਵਾਲੇ ਨੇ ਜਿਹੜੇ ਆ ਕੇ ਹਾਜ਼ਰੀ ਭਰਦੇ ਨੇ, ਅਤੇ ਜਿਹੜੇ ਉਹ ਪ੍ਰੋਟੈਸਟ ਦੇ ਵਿੱਚ ਕਾਇਮ ਹੁੰਦੇ ਨੇ, ਮੈਂ ਉਹਨਾਂ ਨੂੰ ਸਲਿਊਟ ਕਰਦਾ ਜਿਹੜੇ ਉਹ ਕਿਸਾਨੀ ਮੋਰਚੇ ਦੇ ਵਿੱਚ ਪ੍ਰੋਟੈਸਟ ਦੇ ਵਿੱਚ ਕਾਇਮ ਹੋ ਕੇ ਸ਼ਾਮਿਲ ਹੋ ਕੇ ਉਹਦੀ ਸਪੋਰਟ ਕਰਦੇ ਨੇ। ਇਹੋ ਜਿਹੇ ਸਿੰਗਰ ਅਤੇ ਹੋਰ ਮੇਰੇ ਕਿਸਾਨ ਵੀਰ, ਹਰਿਆਣੇ ਦੇ ਵੀਰ, ਹਰ ਵੀਰ ਜਿਹੜਾ ਕਿਸਾਨੀ ਮੋਰਚੇ ਦੇ ਨਾਲ ਖੜ੍ਹਾ ਹੈ ਨਾ, ਉਹਨੂੰ ਸਾਰੇ ਵੀਰਾਂ ਨੂੰ ਮੇਰਾ ਸਲਿਊਟ ਹੈ ਯਾਰ। ਸਾਰਿਆਂ ਨੂੰ ਲੋੜ ਹੈ ਇੱਕਜੁੱਟ ਹੋਣ ਦੀ, ਸਾਰਿਆਂ ਨੂੰ ਲੋੜ ਹੈ ਏਕਤਾ ਦੇ ਵਿੱਚ ਰਹਿਣ ਦੀ, ਅਤੇ ਜਦ ਤੱਕ ਅਸੀਂ ਏਕਤਾ ਬਣਾਈ ਰੱਖਾਂਗੇ ਨਾ, ਦੇਖੋ ਜਿਹੜੀ ਇੱਕ ਇੱਕ ਡੰਡੀ ਹੁੰਦੀ ਹੈ ਨਾ, ਉਹ ਤੀਲਾ ਇੱਕ ਇੱਕ ਕਰਕੇ ਟੁੱਟ ਜਾਂਦਾ, ਜਦੋਂ ਇੱਕ ਇੱਕ ਤੀਲਾ ਜੋੜ ਜੋੜ ਕੇ ਪੂਰੀ ਬੌਕਰ ਬਣ ਜਾਂਦੀ ਹੈ ਨਾ, ਉਸ ਬੌਕਰ ਨੂੰ ਤੋੜਨਾ ਮੁਸ਼ਕਿਲ ਹੋ ਜਾਂਦਾ ਹੈ। ਇਸੇ ਤਰ੍ਹਾਂ ਜਦੋਂ ਕਿਸਾਨ ਵੀਰ ਸਾਰੇ ਅਸੀਂ ਪਬਲਿਕ ਏਕਤਾ ਬਣਾ ਲਵਾਂਗੇ ਨਾ, ਤਾਂ ਸਾਡੀਆਂ ਸਰਕਾਰਾਂ ਵੀ ਸਾਡਾ ਕੁਝ ਵਿਗਾੜ ਨਹੀਂ ਸਕਣਗੀਆਂ। ਅਸੀਂ ਉਹਨਾਂ ਕੋਲ ਆਪਣੇ ਕਾਨੂੰਨ ਬਿੱਲ ਮਾਫ਼ ਕਰਵਾ ਕੇ ਹਟਾਂਗੇ। ਆਓ ਸੌਂਗ ਨੂੰ ਅੱਗੇ ਦੇਖਣਾ ਕਰੀਏ। ਪੁੱਤ ਪੋਤੇ ਬਾਬੇ ਤੇ ਜਵਾਨ ਆਏ ਨੇ, ਮੋਰਚੇ ਤੇ ਕਰਕੇ ਨੀ ਮਾਣ ਆਏ ਨੇ। ਹਕੂਮਤਾਂ ਦੇ ਅੱਗੇ ਹਿੱਕ ਤਾਣੇ ਆਏ ਨੇ, ਰਹੇ ਚੜ੍ਹਦੀ
ਇਹ ਸੀ ਗਾਣੇ ਦਾ ਦੂਜਾ ਪਹਿਰਾ ਜਿਸ ਦੇ ਵਿੱਚ ਗੱਲ ਕੀਤੀ ਹੈ ਪੁੱਤ ਪੁੱਤ ਬਾਬੇ ਤੇ ਜਵਾਨ ਆਏ ਨੇ। ਓਏ ਅੱਜ ਉਹ ਨੌਜਵਾਨੀ ਪੀੜ੍ਹੀ 'ਚ ਵੀ ਜਾਗਰੂਕਤਾ ਆ ਗਈ ਹੈ ਯਾਰ। ਤੁਸੀਂ ਅੱਜ ਕਿਸੇ ਨੂੰ ਪਾਗਲ ਨਹੀਂ ਬਣਾ ਸਕਦੇ, ਅੱਜ ਪਬਲਿਕ ਨੂੰ ਤੁਸੀਂ ਬੇਵਕੂਫ ਨਹੀਂ ਬਣਾ ਸਕਦੇ। ਅੱਜ ਬੱਚਾ ਬੱਚਾ ਜਾਗਰੂਕ ਹੋ ਗਿਆ ਹੈ, ਅੱਜ ਬੱਚੇ ਬੱਚੇ ਦੇ ਘਰ ਦੇ ਵਿੱਚ ਆਵਾਜ਼ ਪਹੁੰਚ ਗਈ ਹੈ ਕਿ ਸਾਡੇ ਹੱਕ ਕੀ ਨੇ। ਕੀਰਤੀ ਕਾਮੇ ਤੇ ਕਿਸਾਨ ਆਏ ਨੇ, ਹਕੂਮਤਾਂ ਦੇ ਅੱਗੇ ਹਿੱਕ ਤਾਣ ਆਏ ਨੇ ਕਿ ਕੀਰਤੀ ਕਾਮੇ ਕਿਸਾਨ ਉਹ ਸਾਰੇ ਅੱਜ ਪ੍ਰੋਟੈਸਟ ਦੇ ਵਿੱਚ ਸ਼ਾਮਿਲ ਹੈ ਤੇ ਹਿੱਕ ਤਾਣ ਕੇ ਆਏ ਨੇ ਉਸ ਹਕੂਮਤਾਂ ਦੇ ਅੱਗੇ, ਆਪਣਾ ਦਰਦ ਲੈ ਕੇ ਆਏ ਨੇ, ਆਪਣਾ ਹੱਕ ਲੈਣ ਵਾਸਤੇ ਉਹ ਅੱਗੇ ਆਏ ਨੇ। ਹੁਣ ਉਹ ਪਿੱਛੇ ਨਹੀਂ ਮੁੜਨ ਵਾਲੇ। ਜਿਹੜਾ ਹੱਕ ਦੀ ਖਾਂਦਾ ਹੋਵੇ ਨਾ, ਉਹਨੂੰ ਕਿਸੇ ਦਾ ਡਰ ਨਹੀਂ ਹੁੰਦਾ, ਉਹ ਹਮੇਸ਼ਾ ਹੱਕ ਦੀ ਖਾਂਦਾ ਤੇ ਨਾ ਹੱਕ ਕਿਸੇ ਦਾ ਮਾਰਦਾ ਹੈ ਤੇ ਨਾ ਆਪਣਾ ਹੱਕ ਖੋਣ ਦਿੰਦਾ ਹੈ। ਤੇ ਸਾਨੂੰ ਸਿਖਾਇਆ ਹੀ ਇਹ ਆ ਕਿ ਅਸੀਂ ਨਾ ਕਿਸੇ ਦਾ ਹੱਕ ਮਾਰਨਾ ਤੇ ਨਾ ਆਪਣਾ ਹੱਕ ਕਿਸੇ ਨੂੰ ਛੀਨਣ ਦੇਣਾ ਹੈ। ਕੋਈ ਸਾਡਾ ਹੱਕ ਛੀਨ ਲਵੇ ਯਾਰ, ਕਿੱਥੋਂ ਦਾ ਉਸੂਲ ਹੈ ਤੁਹਾਡਾ? ਰਹੇ ਚੜ੍ਹਦੀ ਕਲਾ 'ਚ ਸਾਡਾ ਭਾਈਚਾਰਾ ਨਹੀਂ, ਸਾਡਾ ਭਾਈਚਾਰਾ ਜਿਹੜਾ ਚੜ੍ਹਦੀ ਕਲਾ ਦੇ ਵਿੱਚ ਰਵੇ, ਜਿਹਦੇ ਵਿੱਚ ਹਿੰਦੂ ਵੀਰ, ਮੁਸਲਮਾਨ ਵੀਰ, ਸਿੱਖ ਵੀਰ, ਜਿੰਨੇ ਵੀ ਹਰਿਆਣੇ ਦੇ ਵੀਰ ਸਾਰੇ ਜਿਹੜੇ ਉਹ ਭਾਈਚਾਰਾ ਇੱਕ ਹੈ ਸਾਡਾ। ਹੁਣ ਜੁੱਟ ਹੈ, ਜਦੋਂ ਪਬਲਿਕ ਇੱਕ ਜੋ ਹੋ ਜਾਵੇ ਨਾ ਤੇ ਉਦੋਂ ਸਰਕਾਰ ਦੀਆਂ ਜੜ੍ਹਾਂ ਹਿਲਾ ਕੇ ਰੱਖ ਦਿੰਦੀ ਹੈ। ਇਹ ਗੱਲ ਯਾਦ ਰੱਖਿਓ। ਤੇ ਅੱਜ ਜੜ੍ਹਾਂ ਹਿਲਾਉਣ ਵਾਸਤੇ ਉਹ ਧਰਨਿਆਂ ਦੇ ਉੱਤੇ ਕਾਇਮ ਹੋ ਕੇ ਬੈਠੇ ਹੋਏ ਨੇ। ਹੱਕਾਂ ਲਈ ਗੂੰਜਦੀ ਆਵਾਜ਼ ਰਹੂਗੀ, ਇਹ ਹੱਕਾਂ ਲਈ ਹਮੇਸ਼ਾ ਗੂੰਜਦੀ ਆਵਾਜ਼ ਰਹੇਗੀ, ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਇਹ ਪ੍ਰੋਟੈਸਟ ਦੇ ਵਿੱਚ ਆਵਾਜ਼ ਗੂੰਜਦੀ ਰਹੇਗੀ, ਇਹ ਨੀਵੀਂ ਨਹੀਂ ਪੈਣ ਵਾਲੀ। ਹੁਣ ਸੋ ਆਓ ਗਾਣੇ ਨੂੰ ਅੱਗੇ ਦੇਖਣਾ ਕਰੀਏ। ਧੰਨ ਮਾਵਾਂ ਪਹਿਣਾ ਤੇ ਉਹ ਧੰਨ ਮੀਡੀਆ, ਹੱਕਾਂ ਲਈ ਜੋ ਹੋਇਆ ਘਰੋਂ ਰੰਗ ਰੂਟ।
ਸਾਖੀ ਚੱਲ ਨਵਾਂ ਇਤਿਹਾਸ ਬਣਦਾ ਕੱਲੀ ਕੱਲੀ ਗੱਲ ਜਮਾ ਮਿੱਥੀ ਪਈ ਐ ਅੱਜ ਭਾਵੇਂ ਹੋ ਜੇ ਗਾਣੇ ਦਾ ਚੌਥਾ ਪਹਿਰਾ ਜਿਸ ਦੇ ਵਿੱਚ ਗੱਲ ਕੀਤੀ ਹੈ ਕਿ ਦੇਖੀ ਕਿਵੇਂ ਨਵਾਂ ਇਤਿਹਾਸ ਬਣਦਾ ਕੱਲੀ ਕੱਲੀ ਗੱਲ ਜਿਹੜੀ ਮਿੱਥੀ ਪਈ ਹੈ ਸਾਡਾ ਦੇਖੀ ਹੁਣ ਇਤਿਹਾਸ ਬਣਦਾ ਉਸ ਕਿਸਾਨਾਂ ਦਾ ਉਹ ਪ੍ਰੋਟੈਸਟ ਦਾ ਕਿਵੇਂ ਇਤਿਹਾਸ ਬਣਦਾ ਆਉਣ ਵਾਲੀਆਂ ਪੀੜ੍ਹੀਆਂ ਨੂੰ ਯਾਦ ਰਹੇਗਾ ਕਿ ਸਾਡੇ ਦਾਦੇ ਪੜਦਾਦੇ ਸਾਡੇ ਮਾਂ ਪਿਓ ਸਾਡੇ ਉਸ ਧਰਨੇ ਦੇ ਵਿੱਚ ਪ੍ਰੋਟੈਸਟ ਦੇ ਵਿੱਚ ਸ਼ਾਮਿਲ ਹੋ ਕੇ ਉਸ ਸਰਕਾਰਾਂ ਦੀਆਂ ਨੱਕ 'ਚ ਨੱਥ ਪਾ ਦਿੱਤੀ ਸੀ ਜਿਨ੍ਹਾਂ ਨੇ ਭਾਵੇਂ ਕਹਿੰਦੇ ਜਿਹੜਾ ਮਰਜ਼ੀ ਐਲਾਨ ਹੋ ਜਾਵੇ ਅਸੀਂ ਜੰਗ ਜਿੱਤੀ ਪਈ ਆ ਯਾਰ ਅਸੀਂ ਜੰਗ ਜਿੱਤੀ ਪਈ ਹੈ ਅਤੇ ਯਾਰ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਹੁੰਦਾ ਕਿ ਇਹੋ ਜਿਹੇ ਸਿੰਗਰਾਂ ਨੇ ਵੀਰ ਜਿਹੜੇ ਸਾਡੇ ਅੰਦਰ ਕਾਇਮ ਜਜ਼ਬਾ ਭਰਦੇ ਨੇ ਦੂਜੀ ਇਹ ਵੀ ਗੱਲ ਯਾਦ ਰੱਖਿਓ ਕਿ ਉਸ ਗਰਮ ਖਿਆਲੀਆਂ ਤੋਂ ਵੀ ਬਚਿਓ ਜਿਹੜੇ ਗਰਮ ਖਿਆਲੀ ਉਸ ਪ੍ਰੋਟੈਸਟ ਦੇ ਵਿੱਚ ਅੰਦਰ ਵੜ ਕੇ ਸ਼ਾਮਿਲ ਹੋ ਕੇ ਜਿਹੜੇ ਪ੍ਰੋਟੈਸਟ ਨੂੰ ਤੋੜਨਾ ਚਾਹੁੰਦੇ ਨੇ ਕਈ ਬੜੇ ਇਹੋ ਜਿਹੇ ਨੇ ਵਿੱਚ ਫਿਰਦੇ ਜਿਹੜੇ ਪ੍ਰੋਟੈਸਟ ਨੂੰ ਤੋੜ ਜਿਹੜੇ ਨਿਯਮਾਂ ਨੂੰ ਤੋੜਦੇ ਨੇ ਯਾਰ ਜੇ ਕਿਸਾਨ ਆਗੂ ਜਾਡੇ ਸਾਡੇ ਸੂਝਵਾਨ ਨੇ ਜਿਹੜੇ ਅੱਗੇ ਲੱਗ ਕੇ ਪ੍ਰੋਟੈਸਟ ਨੂੰ ਹੋਰ ਕਾਇਮ ਕਰ ਰਹੇ ਨੇ ਪਰ ਕਈ ਵਿੱਚ ਜਿਹੜੇ ਵਰ ਕੇ ਜਿਹੜੇ ਉਸ ਪ੍ਰੋਟੈਸਟ ਨੂੰ ਉਹਨੂੰ ਤੋੜਨਾ ਚਾਹੁੰਦੇ ਨੇ ਯਾਰ ਅੱਜ ਉਹ ਗਰਮ ਖਿਆਲੀਆਂ ਤੋਂ ਸਾਨੂੰ ਬਚਣ ਦੀ ਲੋੜ ਹੈ ਯਾਰ ਸਾਡੀ ਨੌਜਵਾਨੀ ਪੀੜ੍ਹੀ ਹੈ ਯਾਰ ਇਹਨਾਂ ਦਾ ਘਾਣ ਨਹੀਂ ਕਰਵਾਉਣਾ ਅਸੀਂ ਉਹ ਨੌਜਵਾਨੀ ਪੀੜ੍ਹੀ ਨੂੰ ਬਚਾਉਣਾ ਹੈ ਯਾਰ ਅਸੀਂ ਉਹ ਨੌਜਵਾਨੀ ਪੀੜ੍ਹੀ ਨਾਲ ਸਾਥ ਦੇ ਕੇ ਉਸ ਪ੍ਰੋਟੈਸਟ ਦੇ ਵਿੱਚ ਕਾਮਿਲ ਕੋਈ ਅਸੀਂ ਕੋਈ ਇਹੋ ਜਿਹੀ ਗਲਤੀ ਨਾ ਕਰ ਬੈਠੀਏ ਯਾਰ ਪਹਿਲਾਂ ਪਹਿਲ ਸਾਡੇ ਵੱਲੋਂ ਪਹਿਲ ਕੋਈ ਗਲਤੀ ਨਾ ਹੋਵੇ ਯਾਰ ਜੇ ਅਸੀਂ ਉਹ ਕਿਸਾਨ ਵੀਰ ਸੂਝਵਾਨ ਹੋ ਕੇ ਧਰਨੇ ਵਿੱਚ ਸ਼ਾਮਿਲ ਹੋ ਕੇ ਪ੍ਰੋਟੈਸਟ ਨੂੰ ਕਾਇਮ ਕਰੇ ਨਾ ਅਸੀਂ ਕੋਈ ਗਲਤੀ ਨਾ ਕਰਦੀ ਬੈਠੀਏ ਯਾਰ ਉਹ ਗਰਮ ਖਿਆਲੀਆਂ ਦੇ ਪਿੱਛੇ ਲੱਗ ਕੇ ਕੋਈ ਗਲਤੀ ਨਾ ਕਰ ਬੈਠੀਏ ਅਤੇ ਯਾਦ ਰੱਖੋ ਲਾਲ ਕਿਲ੍ਹੇ 'ਤੇ ਝੰਡਾ ਪਹਿਲਾਂ ਵੀ ਝੂਲਦਾ ਸੀ ਇਹ ਨਹੀਂ ਕਿ 26 ਜਨਵਰੀ ਨੂੰ ਝੁਲਾਇਆ ਪਹਿਲੇ ਵੀ ਉੱਥੇ ਖਾਲਸੇ ਦਾ ਝੰਡਾ ਝੂਲਦਾ ਸੀ ਅਤੇ ਝੂਲਦੇ ਰਹਿਣਗੇ ਝੰਡੇ ਪਰ ਜਿਹੜੇ ਨਿਯਮ ਤੋੜ ਕੇ ਅਸੀਂ ਉਹ ਝੰਡਿਆਂ ਨੂੰ ਝੁਲਾਉਣਾ ਉਹ ਵੱਖਰੀ ਗੱਲ ਹੈ ਯਾਰ ਜਿਹੜਾ ਕਿਸਾਨਾਂ ਵੀਰਾਂ ਦੇ ਨਾਲ ਖੜੋ ਯਾਰ ਜਿੱਥੇ ਉਹ ਆਗੂ ਕਹਿੰਦੇ ਨੇ ਉੱਥੇ ਉਹਨਾਂ ਦੀ ਆਵਾਜ਼ ਦੇ ਨਾਲ ਬੈਠੋ ਯਾਰ ਉਹਨਾਂ ਦੇ ਨਾਲ ਗਰਮ ਖਿਆਲੀਆਂ ਤੋਂ ਬਚੋ ਯਾਰ ਕਿਉਂਕਿ ਸਰਕਾਰਾਂ ਦੇ ਅੱਗੇ ਚਾਹੁੰਦੀਆਂ ਨੇ ਕਿ ਇਹ ਕੁਝ ਗਲਤ ਕਦਮ ਉਠਾਉਣ 'ਤੇ ਅਸੀਂ ਇਹਨਾਂ ਪ੍ਰਤੀ ਐਕਸ਼ਨ ਲਈਏ ਅਤੇ ਕੁਝ ਅਸੀਂ ਗਲਤ ਕਦਮ ਨਾ ਉਠਾਈਏ ਅਸੀਂ ਆਪਣੇ ਵੱਲੋਂ ਸਹੀ ਹੋਈਏ ਸਹੀ ਹੋ ਕੇ ਪ੍ਰੋਟੈਸਟ ਦੇ ਵਿੱਚ ਕਾਇਮ ਹੋ ਕੇ ਆਪਣੇ ਹੱਕਾਂ ਨੂੰ ਮਾਫ਼ ਕਰਵਾਈਏ ਅਸੀਂ ਕੋਈ ਗਲਤੀ ਨਾ ਕਰ ਬੈਠੀਏ ਅਤੇ ਇਸੇ ਤਰ੍ਹਾਂ ਹੀ 84 ਦੇ ਵਿੱਚ ਵੀ ਬਹੁਤ ਨੌਜਵਾਨੀ ਪੀੜ੍ਹੀ ਦਾ ਘਾਤ ਕੀਤਾ ਗਿਆ ਖਾੜਕੂ ਕਹਿ ਕਹਿ ਕੇ ਅੱਤਵਾਦੀ ਕਹਿ ਕਹਿ ਕੇ ਉਹ ਨੌਜਵਾਨ ਪੀੜ੍ਹੀ ਨੂੰ ਮਾਰਿਆ ਗਿਆ ਯਾਰ ਉਹ ਅੱਜ ਵੀ ਪਿੰਡ 2-2 ਸਾਲ ਪਹਿਲਾਂ ਅੱਜ ਉਹਨਾਂ ਪਿੰਡਾਂ ਦੇ ਵਿੱਚ ਜੰਜ ਚੜ੍ਹਨ ਲੱਗੀ ਹੈ ਉਸ ਮਾਵਾਂ ਨੂੰ ਪੁੱਛ ਕੇ ਦੇਖੋ ਉਸ ਭੈਣਾਂ ਨੂੰ ਪੁੱਛ ਕੇ ਦੇਖੋ ਉਹਨਾਂ ਪਿਤਾ ਨੂੰ ਪੁੱਛ ਕੇ ਦੇਖੋ ਜਿਨ੍ਹਾਂ ਦੀ ਨੌਜਵਾਨੀ ਪੀੜ੍ਹੀ ਮਰ ਗਈ ਯਾਰ ਜਿਨ੍ਹਾਂ ਜਿਹੜੇ ਪਿੰਡਾਂ ਦੇ ਵਿੱਚ ਲਾਸ਼ਾਂ ਵਿਛੀਆਂ ਪਈਆਂ ਸੀ ਸੱਥਰ ਵਿਛੇ ਪਈ ਸੀ ਜਿਹੜੇ ਅਤੇ ਉਹ ਕਿਸਾਨ ਵੀਰਾਂ ਦੇ ਨਾਲ ਅਸੀਂ ਖੜਨਾ ਹੈ ਜਿੱਥੇ ਸਾਡੇ ਸੂਝਵਾਨ ਆਗੂ ਜਿਵੇਂ ਦੇ ਸਾਨੂੰ ਮੋਰਚੇ ਦੇ ਵਿੱਚ ਜਿਵੇਂ ਨਿਯਮਾਂ ਨੂੰ ਫੋਲੋ ਕਰਨ ਲਈ ਕਹਿੰਦੇ ਨੇ ਉਸ ਤਰੀਕੇ ਦੇ ਨਾਲ ਨਿਯਮਾਂ ਨੂੰ ਫੋਲੋ ਕਰਕੇ ਅਸੀਂ ਅੱਗੇ ਵਧਣਾ ਯਾਰ ਇੱਥੇ ਕਿਸੇ ਮਜ਼ਹਬ ਦੀ ਗੱਲ ਨਹੀਂ ਹੈ ਯਾਰ ਇੱਥੇ ਇਕੱਲੇ ਸਿੱਖ ਦੀ ਗੱਲ ਨਹੀਂ ਹੈ ਇੱਥੇ ਇਕੱਲੇ ਹਿੰਦੂ ਦੀ ਗੱਲ ਨਹੀਂ ਇੱਥੇ ਇਕੱਲੇ ਮੁਸਲਮਾਨ ਦੀ ਗੱਲ ਨਹੀਂ ਇੱਥੇ ਹਰਿਆਣੇ ਵੀਰਾਂ ਦੀ ਗੱਲ ਨਹੀਂ ਹੈ ਇੱਥੇ ਸਾਰਿਆਂ ਦੀ ਏਕਤਾ ਹੈ ਯਾਰ ਅਤੇ ਉਹ ਏਕਤਾ ਦੇ ਨਾਲ ਚੱਲਣਾ ਪੈਣਾ ਹੈ ਸਾਨੂੰ ਕੁਝ ਗਰਮ ਖਿਆਲਾਂ ਦੇ ਨਾਲ ਅਸੀਂ ਉਸ ਪ੍ਰੋਟੈਸਟ ਨੂੰ ਕਿਤੇ ਤੋੜ ਨਾ ਦਈਏ ਯਾਰ ਕਿਤੇ ਸਾਡੀਆਂ ਗਲਤੀਆਂ ਕਰਕੇ ਕਿਤੇ ਪ੍ਰੋਟੈਸਟ ਟੁੱਟ ਨਾ ਜਾਵੇ ਅਸੀਂ ਉਹਨੂੰ ਕਾਇਮ ਰੱਖਣਾ ਯਾਰ ਮੋਢੇ ਦੇ ਨਾਲ ਮੋਢਾ ਲਾ ਕੇ ਉਹ ਕਿਸਾਨ ਵੀਰਾਂ ਨਾਲ ਖੜੋ ਯਾਰ ਜਿਹੜੇ ਤਪ ਦੀ ਧੁੱਪ ਦੇ ਵਿੱਚ ਵੀ ਬੈਠੇ ਹੋਏ ਨੇ ਜਿਹੜੇ ਅੱਤ ਦੀ ਸਰਦੀ ਦੇ ਵਿੱਚ ਵੀ ਬੈਠੇ ਹੋਏ ਨੇ ਜਿਹੜੇ ਮੀਂਹ ਦੀ ਵਾਛੜਾਂ ਦੇ ਵਿੱਚ ਵੀ ਬੈਠੇ ਹੋਏ ਨੇ ਉਹਨਾਂ ਦੇ ਨਾਲ ਖੜੋ ਯਾਰ ਉਹ ਸੂਝਵਾਨ ਸਾਰੇ ਨੌਜਵਾਨ ਸੂਝਵਾਨੀ ਦੇ ਨਾਲ ਚੱਲੀਏ ਸੋ ਲਾਸਟ 'ਤੇ ਮੈਂ ਇਹੀ ਗੱਲ ਕਹਾਂਗਾ ਕਿ ਉਹਨਾਂ ਕਿਸਾਨ ਵੀਰਾਂ ਦਾ ਸਾਥ ਦਈਏ ਉਹਨਾਂ ਗੰਦੀਆਂ ਨੀਤੀਆਂ ਉਹਨਾਂ ਗੰਦੀਆਂ ਸਰਕਾਰਾਂ ਤੋਂ ਅਸੀਂ ਇਸ ਬਿੱਲਾਂ ਨੂੰ ਮਾਫ਼ ਕਰਵਾ ਕੇ ਹਟਾਂਗੇ ਪਰ ਉਹ ਕਿਸਾਨ ਵੀਰ ਜਿਵੇਂ ਸਾਨੂੰ ਜਿਸ ਤਰੀਕੇ ਦੇ ਨਾਲ ਚੱਲਣ ਲਈ ਕਹਿੰਦੇ ਨੇ ਉਸ ਤਰੀਕੇ ਦੇ ਨਾਲ ਉਹਨਾਂ ਦੇ ਨਾਲ ਖੜ੍ਹ ਕੇ ਚੱਲੀਏ ਯਾਰ
अपने वालों कोई हला शेरी ना करिए, जिवें सानू किसान आगू कहिंदे उस किसान आगूआं दे नाल मोढे दे नाल मोढा ला के खड़ीए यार। सो बहुत वधिया जो राजवीर जवंदा जी ने यह सौंग गाया होया, अज वो 26 तारीख है, जिस 26 तारीख नूं किसान वीरां नूं 6 महीने हो चले ने यार। ते सल्यूट है उन्हां मावां नूं, सल्यूट है उन्हां भैणां नूं, सल्यूट है उन्हां मजदूर वीरां नूं, सल्यूट है उस किसान वीरां नूं, सारे वीरां नूं जिहड़े प्रोटेस्ट दे विच शामिल ने, जिहड़े गायकी दे थ्रू सपोर्ट करदे ने, जिहड़ा किसी पक्ष तों वी तन मन धन तों सपोर्ट करदे ने, सारिआं नूं सल्यूट है, सारिआं दा धन्नवाद है। असीं ऐ एकाग्रता दे नाल उन्हां भाईवाल बन के उस किसान वीरां दा साथ दईए यार, ते गर्म ख्यालियां तों बच के रहीए यार। किसानी मोर्चे नूं कायम रखणा है, जिंदाबाद है किसानी ते जिंदाबाद रहेगी। सो बहुत वधिया मैनूं इह सौंग लग्गिया, आप जी दसना करना कि आप जी ने यह सौंग किवें लगा, आप जी ने मेरा दिता होया रिएक्शन किवें लगा। आप जी मेरे चैनल पर नवे आए मेरे चैनल को सबसक्राइब कर दो, बेल आइकन का बटन दबा दो, ताजो वीडियो की आने वाली नवी तो नवी नोटिफिकेशन आप जी तक पहुँच सके। जे आप जी चाहते हो मैं किसी सौंग पर रिएक्शन देव, मेरे कमेंट बॉक्स के उस सौंग का लिंक भेज सकते हो, मैं उस सौंग पर जरूर रिएक्शन देवगा। सो सारे बेनती है असी एकजुट होकर चलीए। सो अगली वीडियो लैके बहुत जल्दी मिलते हैं, उदों तक लई सत श्री अकाल।